चोरी दियां घटनावां दिनों दिन वधदियां जा रहियां ने। चोर बेखौफ होकर लुट दियां घटनावां नूं अंजाम दिंदे नजर आ रहे ने। अजिहा एक मामला समराला दे नेड़ले पिंड कुल्लेवाल तों सामने आया है, जिथे अणपछाते चोरां वल्लों दिन दिहाड़े लखां रुपए दे गहने ते नकदी चोरी कर मौके तों फरार होण दी खबर सामने आई है। दस दईए चोरां वल्लों जिस घर नूं निशाना बनाया गया उह घर पिंड दे मेन सड़क ते स्थित है, जिथे हर समय लोकां दा आना जाना लग्या रहिंदा है। पर चोरां दे हौसले इस कदर बुलंद हो चुके ने कि उन्हां विच पुलिस प्रशासन दा कोई भी डर नजर नहीं आंदा। इस घटना नूं लैके घर दे मालक ने दस्सिया कि उह किते बाहर गए होए सन, जदों करीब 3 बजे घर परते ता उन्हां नूं चोरी दा पता लग्या। उन्हां दस्सिया कि चोरां वल्लों घर दीआं सारीआं अलमारियां ते बैड्डां दी फरोला फरोली करके लखां रुपए दे गहने ते नकदी चोरी कर ले गए सन। इस चोरी दी घटना दी तुरंत समराला पुलिस नूं सूचना दित्ती गई ते मौके ते पहुंच पुलिस मुलाजमां वल्लों इस चोरी दी घटना नूं लैके जांच शुरू कर दित्ती गई है। ਜਿੱਥੇ ਅਸੀਂ 11:15 ਮਛੋੜ ਸਾਹਿਬ ਮੱਥਾ ਟੇਕਣ ਗਏ ਸੀ ਤੇ ਅਸੀਂ 2:45 ਵਾਪਸ ਆਏ ਹਾਂ ਤੇ ਜਦੋਂ ਆਏ ਹਾਂ ਸਾਡਾ ਮੇਨ ਗੇਟ ਸੀ ਇਹ ਲੌਕ ਸੀਗਾ ਤੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਜਦੋਂ ਦੇਖਿਆ ਚੜ੍ਹ ਕੇ ਉੱਪਰ ਦਰਵਾਜ਼ੇ ਸਾਡਾ ਜੋ ਅੰਦਰਲਾ ਮੇਨ ਗੇਟ ਆ ਉਹਦਾ ਤਾਲਾ ਤੋੜਿਆ ਤੇ ਬੰਦੇ ਅੰਦਰ ਸੀ ਤੇ ਜਦੋਂ ਆਇਆ ਜੀ ਅਸੀਂ ਅੰਦਰ ਬੜੇ ਪੁੱਟਾ ਕੰਧ ਖੜ ਗਏ ਤੋ ਸਾਡਾ ਸਾਰਾ ਸਮਾਨ ਗੋਲਡ ਵਗੈਰਾ ਕੈਸ਼ ਵਗੈਰਾ ਸਾਰਾ ਲੈ ਗਏ। ਕਿੰਨੇ ਕੁ ਦਾ ਟੋਟਲ ਕੈਸ਼ ਤਾਂ ਉਹਨੂੰ ਕਹਿ ਰਹੇ ਗਿਣਦਿਆਂ ਕੈਸ਼ ਕੀ ਗਿਣਦਿਆਂ ਹੁਣ ਅਸੀਂ ਰਿਟਾਇਰਡ ਆ, ਮੇਰਾ ਬੇਟਾ ਵੀ ਰਿਟਾਇਰਡ ਕੈਸ਼ ਤਾਂ ਹੁੰਦੇ ਹੀ ਆ ਹਾਂਜੀ ਅਭੀ ਹੁਣ ਅਸੀਂ ਦੇਖਦੇ ਹਾਂ ਕਿ ਕਿੰਨਾ ਕੈਸ਼ ਸੀਗਾ ਤੇ ਬਾਕੀ ਬੱਚਿਆਂ ਦਾ ਬੱਚੇ ਵੀ ਵਿਆਹ ਗਏ ਸੀ ਹੁਣ ਵਾਪਸ ਆਏ ਨੇ ਦੇ ਦਿਨ ਸੁਣਾ ਕੇ ਇਹ ਸਹੀ ਆਏ ਸੀ ਫੋਟੋ ਲੈ ਗਏ ਸਾਰੀਆਂ ਉਹ ਤੇ ਉਹ ਕਹਿੰਦੇ ਵੀ ਜੋ ਸਹੀ ਤੁਹਾਡੇ ਵੀ ਰਿਸਟੋਰੈਂਟ ਸਾਨੂੰ ਉੱਥੇ ਐਫ ਆਰ ਦਰਜ ਕਰਾ ਦਵਾਂਗੇ। ਗੋਲਡ ਤੁਸੀਂ ਕਹਿ ਰਹੇ ਹੋ, ਗੋਲਡ ਕੀ ਕਿਹਾ, ਗੋਲਡ ਦੇ ਵਿੱਚ ਕੀ ਕੀ ਗਿਆ? ਗੋਲਡ ਵਿੱਚ ਇਹ ਮੇਰੀ ਮਿਸਜ ਦਾ ਇਹ ਦੋ ਕੰਨਾਂ ਦੇ ਸੈੱਟ ਸੀ, ਛੋਟੀਆਂ ਵਾਲੀਆਂ ਇੱਕ ਟੋਕ ਸੀਗੇ ਅਤੇ ਇੱਕ ਮੁੰਦੀ ਸੀਗੀ, ਇੱਕ ਇੱਕ ਗਲ ਦੀ ਸੀ ਹਲਕੀ ਛੋਟੀ ਜਿਹੀ ਅਤੇ ਇਹਨੇ ਬੱਚਿਆਂ ਦਾ ਪਤਾ ਨਹੀਂ ਚੈੱਕ ਨਹੀਂ ਕੀਤੇ ਕਿ ਬੇਟਾ ਦੱਸੂਗਾ ਕੀ ਲੱਗੇ ਨੇ। ਪਿੰਡ ਦੇ ਜਿਵੇਂ ਆਸ ਪੜੋਸ ਨੇ ਕਿਸੇ ਨੇ ਅੰਦਰ ਆਉਂਦੇ ਚੋਰਾਂ ਨੂੰ ਦੇਖ? ਨਹੀਂ, ਹੁਣ ਸਾਡਾ ਬਾਹਰ ਗੱਲ ਅਸੀਂ ਦਰਵਾਜ਼ਾ ਪੱਕਾ ਲੌਕ ਰੱਖਦੇ ਹਾਂ, ਬਾਹਰੋਂ ਅੰਦਰੋਂ ਬੰਦ ਰੱਖਦੇ ਹਾਂ। ਸਾਹਮਣੇ ਉਹ ਆਲੂ ਬੀਜਦੇ ਨੇ, ਪਿੱਛੇ ਘਰ ਆ ਬਣਦੇ ਨੇ। ਹੁਣ ਇਹ ਫਸਟ ਮੈਨੂੰ ਆਇਆ ਨੂੰ 21-22 ਸਾਲ ਹੋ ਗਏ ਰਿਟਾਇਰਮੈਂਟ ਹੋਏ ਨੂੰ, ਫਸਟ ਚਾਂਸ ਪਹਿਲੀ ਵਾਰ ਹੋਇਆ। ਅਤੇ ਸਾਨੂੰ ਹੁਣ ਜਿੱਦਾਂ ਇਹ ਘਰ ਦਿਨ ਪਤਾ ਲੱਗਿਆ ਵੀ ਚੋਰੀ, ਅਸੀਂ ਆਏ ਹਾਂ ਰਿਸ਼ਤੇਦਾਰ 'ਚ ਗਏ ਹੋਏ ਸੀ, ਜਾ ਕੇ ਦੇਖਿਆ ਤਾਂ ਜਿਵੇਂ ਘਰ ਨੇ ਦੱਸਿਆ ਵੀ ਬਾਹਰਲਾ ਗੇਟ ਲੌਕ ਸੀਗਾ, ਆ ਦੁਆਰ ਟੱਪੇ ਸਾਹਮਣੇ ਵਾਲੀ ਦੁਆਰ ਟੱਪ ਕੇ ਆ ਮੂਹਰਲੇ ਗੇਟ ਦਾ ਤਾਲਾ ਤੋੜ ਕੇ ਅਤੇ ਸਾਰੇ ਜਿੰਨੇ ਵੀ ਲੋਕਰ ਸੀ ਤਿੰਨ ਲੋਕਰ ਤੋੜੇ ਨੇ, ਬੈੱਡ ਬੁੱਡ ਸਾਰੇ ਕੱਢੇ ਨੇ, ਸਮਾਨ ਕੱਢਿਆ ਉਹਨਾਂ ਵਿੱਚੋਂ, ਅਤੇ ਮੇਨ ਉਹੀ ਆ ਗੋਲਡ ਅਤੇ ਆਪਣਾ ਜਿਹੜੇ ਪੈਸਾ ਲੈ ਗਏ ਤਕਰੀਬਨ 30,000-40,000 ਤੱਕ ਕੈਸ਼ ਹੋਏਗਾ, ਅਤੇ ਬਾਕੀ ਗੋਲਡ ਹੁਣ ਦੇਖਦੇ ਹਾਂ। ਹੁਣ ਗੋਲਡ ਵੀ ਮੇਰੇ ਹਿਸਾਬ ਨਾਲ 5-6 ਤੋਲੇ ਦਾ ਗੋਲਡ ਹੋਣਾ ਹੀ ਹੈ। ਸਾਰੇ ਪਰਿਵਾਰਕ ਮੈਂਬਰ ਗਏ ਸੀਗੇ? ਮੈਂ ਅਸੀਂ ਤਾਂ ਇੱਕ ਦਿਨ ਪਹਿਲਾਂ ਗਏ ਸੀ, ਇਹ ਬਸ ਅੱਜ 3 ਘੰਟੇ ਵਾਸਤੇ ਗਏ ਸੀਗੇ। ਕਿੰਨੇ ਕੁ ਵਜੇ ਜੀ, ਕਿੰਨੇ ਕੁ ਵਜੇ ਦਾ ਮਾਮਲਾ ਲੱਗਦਾ ਤੁਹਾਨੂੰ? ਇਹ 11 ਵਜੇ ਤੋਂ ਲੈ ਕੇ ਹੁਣ ਤੱਕ ਦਾ ਮਾਮਲਾ 3 ਵਜੇ ਤੱਕ ਦਾ। ਪੁਲਿਸ ਵਾਲੇ ਆਏ ਨੇ, ਉਹਨਾਂ ਨੇ ਕੀ ਕਾਰਵਾਈ ਕੀਤੀ ਆ? ਪੁਲਿਸ ਵਾਲੇ ਆਏ ਨੇ, ਉਹਨਾਂ ਨੇ ਬਸ ਆਪਣਾ ਇੱਥੇ ਫੋਟੋ ਵਗੈਰਾ ਖਿੱਚੀਆਂ ਨੇ, ਔਰ ਪੁਲਿਸ ਵੀ ਸਿੰਗਲ ਆਏ ਸੀਗੇ ਅਤੇ ਆ ਕੇ ਆਪਣਾ ਉਹੀ ਫੋਟੋ ਲੈ ਗਏ ਅਤੇ ਬਾਕੀ ਕਹਿੰਦੇ ਆਪਣਾ ਜੋ ਵੀ ਤੁਹਾਡਾ ਐਸਟੀਮੇਟ ਬਣਦਾ ਹੈ ਉਹ ਐਸਟੀਮੇਟ ਲਿਖਾਓ ਅਤੇ ਫਿਰ ਉਸ ਤੋਂ ਬਾਅਦ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ। ਜਿਸ ਤਰ੍ਹਾਂ ਦਿੰਦੇ ਵਾਲੇ ਚੋਰੀਆਂ ਹੋ ਰਹੀਆਂ ਨੇ, ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹਦੇ ਵਿੱਚ? ਮੰਗ ਇਹੀ ਹੈ ਕਿ ਹੁਣ ਬਈ ਇਹ ਪਹਿਲੀ ਗੱਲ ਤਾਂ ਜੇ ਸਾਡੇ ਹੋ ਸਕਦਾ ਤਾਂ ਮਤਲਬ ਕਿਸੇ ਦੀ ਹੋ ਸਕਦਾ, ਮਤਲਬ ਇਹ ਚੀਜ਼ਾਂ 'ਤੇ ਥੋੜ੍ਹੀ ਰੋਕ ਹੋਣੀ ਚਾਹੀਦੀ ਹੈ, ਅਤੇ ਬਾਕੀ ਇਹ ਹੈ ਕਿ ਥੋੜ੍ਹਾ ਜਿਹਾ ਮਤਲਬ ਜ਼ੋਰ ਤਾਂ ਲਾਉਣਾ ਹੀ ਪੈਣਾ ਪੁਲਿਸ ਨੂੰ। ਸੀਸੀਟੀਵੀ ਕੈਮਰਾ ਅੱਜ ਤਾਂ ਲੋੜ ਨਹੀਂ ਸੀ ਪਈ, ਪਰ ਜਿਵੇਂ ਜਿਸ ਹਿਸਾਬ ਨਾਲ ਮਾਹੌਲ ਬਣ ਗਿਆ ਹੁਣ ਲਾਉਣਾ ਹੀ ਪੈਣਾ ਇਸ ਹਿਸਾਬ ਨਾਲ। ਕੋਈ ਸਾਈਡਾਂ 'ਤੇ ਸੀਸੀਟੀਵੀ ਕੈਮਰੇ ਲੱਗੇ, ਉਹਨਾਂ ਨੂੰ ਥੋੜ੍ਹੇ ਚੈੱਕ? ਹੈ, ਮੇਨ ਰੋਡ 'ਤੇ ਹੈਗੇ, ਐਂਟਰੈਂਸ 'ਤੇ ਹੈਗੇ ਪਿੰਡ ਦੇ। ਉਹ ਚੈੱਕ ਕੀਤੇ ਨੇ ਪੁਲਿਸ ਵਾਲੇ ਨੇ? ਨਹੀਂ, ਹਾਲੇ ਉਹਨਾਂ ਨੇ ਕੁਛ ਚੈੱਕ ਨਹੀਂ ਕੀਤਾ, ਉਹਨਾਂ ਨੇ ਕਿਹਾ ਵੀ ਪਹਿਲਾਂ ਤੁਸੀਂ FIR ਆ ਕੇ ਲਿਖਾਓ, ਆਪਣਾ ਐਸਟੀਮੇਟ ਲਿਖਾਓ, ਉਸ ਤੋਂ ਬਾਅਦ ਫਿਰ ਅੱਗੇ ਅਸੀਂ ਕਰਾਂਗੇ। ਤੁਹਾਨੂੰ ਕੀ ਲੱਗਦਾ ਕਿ ਕਿਤੇ ਭੇਤੀ ਦਾ ਕੰਮ ਹੈ ਜਾਂ ਕੋਈ ਨਸ਼ੇ ਵਾਲੇ? ਇਹ ਭੇਤੀ ਦਾ ਹੀ ਕੰਮ ਹੈ, ਪਿੰਡ ਦੇ ਭੇਤੀ ਹੋਣਗੇ, ਨਸ਼ੇ ਵਾਲੇ ਹੋਣਗੇ, ਕਿਉਂਕਿ ਬਗੈਰ ਭੇਤੀ ਤੋਂ ਉਹਨੂੰ ਕਿਹਨੂੰ ਪਤਾ ਕਿ ਕੌਣ ਘਰ 'ਚ ਹੈ ਕੌਣ ਨਹੀਂ ਹੈ? ਜੇ ਪਤਾ ਕਿਸ ਨੂੰ ਹੁਣ ਗਏ ਆ ਜਾਣ ਤੋਂ ਬਾਅਦ ਫਿਰ ਕੋਈ ਕਰਦਾ ਘਰ, ਇੱਦਾਂ ਦਾ ਕੋਈ ਬਗਾਨੇ ਪਿੰਡ ਵਾਲਾ ਤਾਂ ਉਹ ਨਹੀਂ ਵੜਦਾ ਕੋਈ। ਕਿਸੇ ਗੁਆਂਢੀ ਵਗੈਰਾ ਨੇ ਅੰਦਰ ਵੜਦੇ ਜਾਂ ਬਾਹਰ ਨਿਕਲਦੇ ਚੋਰਾਂ ਨੂੰ ਦੇਖਿਆ? ਨਹੀਂ, ਹਾਲੇ ਤੱਕ ਤਾਂ ਕਿਸੇ ਨੇ ਦੱਸਿਆ ਨਹੀਂ ਹੈਗਾ।